ਅੰਬ ਨਵਾਂ ਕਰ ਲੋ ਅੰਬ ਆ ਗਿਆ ਅੰਬ ਆ ਗਿਆ 350 ਰੁਪਏ ਕਿਲੋ ਅੰਬ ਆ ਗਿਆ ਨਵਾਂ ਅੰਬ ਆ ਗਿਆ ਸੋਸ਼ਲ ਮੀਡੀਆ ਅੰਬ ਭਾਈ ਜੀ ਸੋਸ਼ਲ ਮੀਡੀਆ ਅੰਬ ਅੰਬ 4G ਅੰਬ 5G ਅੰਬ 6G ਆਜੋ 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 ਅੰਬ ਲੇ ਲੋ ਅੰਬ ਲੇ ਲੋ ਅੰਬ ਲੇ ਲੋ ਅੰਬ ਆ ਗਿਆ ਅੰਬ ਨਵਾਂ ਕਰ ਲੋ ਅੰਬ ਨਵਾਂ ਕਰ ਲੋ ਅਸਲਾਮੁਅਲੈਕੁਮ ਵਾਅਸਲਾਮ ਜੀ ਭਾਜੀ ਕਿਸ ਤਰ੍ਹਾਂ ਲਾਇਏ ਜੀ ਏ ਟੇਰੀ ਕਰਕੇ ਲਾਇਆ ਜੀ ਮੰਡੀੋਂ ਲੈ ਆ ਕੇ ਲਾਇਆ ਜੀ ਅੱਛਾ ਹਾਂ ਜੀ ਤੇ ਆਪਣਾ ਹੈ ਕਿਸਰਾਂ ਨੇ ਇਹ ਠੀਕ ਨੇ ਅੱਗੇ ਨਾਲੋਂ ਵੱਲੇ ਨੇ ਥੱਕਿਆ ਤੁਹਾਨੂੰ ਘਟਾਈ ਕਰਕੇ ਲਾਈ ਹੈ। ਕੋਈ ਨਾਸਰ ਪਿਆ ਨਹੀਂ ਤੇ ਕੋਈ ਪਿਆ। ਜੀ ਜਿਹੜੀ ਤੁਸੀਂ ਦਿੱਤੀ ਉਹ ਨਾਸਰ ਪਿਆ ਜੀ। ਅੱਜ ਕੱਲ ਜਿਹੜੀ ਬਿਮਾਰੀ ਨਿਕਲੀ ਹੈ ਨਾ ਉਹਦੇ ਵਾਸਤੇ ਟੀਕੇ ਚੱਲੇ ਨੇ। ਹਾਂ ਉਹ ਇਹਨਾਂ ਨੂੰ ਉਹ ਲਵਾਓ। ਹਾਂ ਜੀ ਉਹ ਲਵਾ ਲਵਾਣਾ ਜੀ। ਹਾਂ ਜੀ। ਅੰਬਾਂ ਨੂੰ ਕਹਦਾ ਟੀਕਾ ਇਹਨਾਂ ਨੂੰ ਕਾਦੀ ਬਿਮਾਰੀ ਜਿਹੜੇ ਆ ਕੇ ਮਾਰ ਗਈ ਨਾ ਅੰਬ ਨਵਾਂ ਕਰ ਲਓ। ਅੰਬ 5G ਆ ਗਿਆ, ਅੰਬ ਸੋਸ਼ਲ ਮੀਡੀਆ ਆ ਗਿਆ ਜੀ। ਭਾਈ ਆਖੀ ਨਾ ਕੱਢਦੀ ਮੇਰੀ ਉਹ ਦਿਨ ਵੀ ਦੇਖਦਾ ਮੈਂ ਲੋਤੀ। ਮੈਂ ਕਹਿੰਦਾ ਚੂਰੀ ਫੜੀ ਜਿਹੜੀ ਮੰਜ ਮਾਰਦਣੀ ਬੀਬੀ ਕੀ ਲੈਣਾ ਵਾ? ਅੰਬ ਲੈਣੀ ਨੇ। ਅੰਬ ਲਓ। ਕਿਸ ਤਰ੍ਹਾਂ ਆਹ ਦਾਣੇ ਵੇਖੋ ਕੀ ਕੀ ਮਜ਼ੇਦਾਰ ਦਾਣੇ ਨੇ ਆ ਵੇਖੋ ਅੱਖਾਂ ਬਾਹਰ ਆ ਜਾਣਗੀਆਂ ਇਸ ਕਿਸਮ ਦੇ ਅੰਬ ਨੇ ਅੰਬ ਮਿੱਠੇ ਅੰਬ ਲੰਗੜੇ ਅੰਬ ਲੰਗੜੇ ਅੰਬ ਲੰਗੜੇ ਅੰਬ ਲੰਗੜੇ ਅੰਬ ਲੰਗੜਾ ਇਹਨਾਂ ਨੂੰ ਤਾਂ ਲੱਗਦਾ ਲਪਵਾ ਹੋਇਆ ਉਹ ਲਕਵਾ ਨਹੀਂ ਹੋਇਆ ਲੰਗੜਾ ਅੰਬਾ ਕਦੀ ਖਾਦਾ ਵਾ ਇਹਨੂੰ ਮਾਲਿਸ਼ ਕਰਕੇ ਘੁਟਾਈ ਕਰਕੇ ਵੇਖ ਖਾਈਦਾ ਵਾ ਆੰਬਾ ਪਹਿਲਾ ਅੰਬ ਜਦੋਂ ਸੀਜ਼ਨ ਦਾ ਆਉਂਦਾ ਸਿੰਧੜੀ ਆਉਂਦਾ ਅੱਛਾ ਇਹ ਅੰਬ ਆ ਗਿਆ ਨਵਾਂ ਕਰ ਲੋ 350 ਰੁਪਏ ਸੋਸ਼ਲ ਮੀਡੀਆ ਅੰਬ ਆ ਗਿਆ ਅੰਬ ਆ ਗਿਆ ਦੇਸੀ ਅੰਬ ਵਿਦੇਸੀ ਹਾਂਜੀ ਦੇਸੀ ਮੈਂ ਦੇਸੀ ਦਾ ਧਿਆਨੀ ਮੌਸਮੀ ਨੂੰ ਹੈ ਦੇਸੀ ਧਿਆਨਾ ਕੋ ਮਹੀਨੇ ਬਾਅਦ ਆਵੇ ਲੰਗਣਾ ਅੰਬ ਸਿੰਧ ਦਾ ਅੰਬ ਸਿੰਧੜੀ ਇਹਨੂੰ ਸਿੰਧੜੀ ਅੰਬ ਕਹਿੰਦਾ ਵਾ ਅੱਛਾ ਵਿਲਾਇਤੀ ਅੰਬ ਹੋਈ ਗਾ ਹੈ ਵਿਲਾਇਤੀ ਅੰਬ ਨਹੀਂ ਮੇਰੇ ਕੋਈ ਇੰਗਲਿਸ਼ ਅੰਬ ਆ ਅੱਛਾ ਉਹ ਤੇ ਮੈਂਗੋ ਹੋਏਗਾ ਨਾ ਮੈਂਗੋ ਮੇਰੇ ਕੋਈ ਜਪਾਨੀ ਵੀ ਆ ਅੱਛਾ ਚਿੰਗ ਪੌਂਗ ਵਾਲਾ ਵੀ ਅੱਛਾ ਹਾਂ ਤੇ ਇੰਗਲੈਂਡ ਤੇ ਨਹੀਂ ਜਾਂਦੇ ਕੋ ਅੰਬ ਓਏ ਤੋਂ ਬੀਪੀ ਮਾਲ ਜਾਂਦਾ ਉੱਥੇ ਉੱਥੇ ਅੰਬਾਂ ਦੀ ਤਰ੍ਹਾਂ ਫਸਲ ਹੁੰਦੀ ਹੈ ਪਾਕਿਸਤਾਨ ਤੋਂ ਅੰਬ ਜਾਂਦਾ ਹਰ ਪਾਸੇ ਤੋਂ ਇੰਡੀਆ ਤੋਂ ਜਾਂਦਾ ਵਾ ਪੰਗਲਾ ਤੇ ਇੱਕ ਤੋਂ ਜਾਂਦਾ ਵਾ ਐਸ਼ੀ ਆ ਮੁਲਗਾਇਦਾ ਜਾਂਦਾ ਆ ਢੇਰੀ ਬੀਬੀ ਪੂਠੀ ਸਿੱਧੀ ਨਾ ਕਰਦੀ ਆ ਮੈਂ ਚੁੰਡ ਚੁੰਡ ਕੇ ਲਾਇਦੇ ਨੇ ਸਾਰੇ ਡਿੱਗ ਜਾਣੇ ਆ ਥੱਲੇ ਭਾਈ ਇਹ ਤਾਂ ਨੱਕ ਤੇ ਸਾਫ ਕਰ ਨਹੀਂ ਇਹਨੂੰ ਤਾਂ ਕਾਮ ਹੋਇਆਦਾ ਇਹਨਾਂ ਨਹੀਂ ਠੀਕ ਹੋਣਾ ਨੱਕਾ ਤਾਂ ਚੁੰਦਾ ਰਹਿਣਾ ਹੁਣੇ ਤਾਂ ਤੂੰ ਕਹਿੰਦੇ ਸੀ ਇਹਨਾਂ ਨੂੰ ਆਰਾਮ ਹੈ ਹੁਣੋਂ ਝੂਠ ਬੋਲਣ ਦੇ ਆ ਨਾ ਨਾ ਲੈ ਆਖਰ ਤੇ ਬਿਮਾਰ ਹੋਇਆ ਸੀ ਤਾਂ ਇੰਜ ਐਵੇਂ ਪੂਠਾ ਸਿੱਧਾ ਹੱਥ ਬੀਬੀ ਨਾ ਮਾਰੀ ਸਾਰੀ ਢੇਰੀ ਥੱਲੇ ਢੇਰ ਹੋ ਜਾਣੀ ਤੇਰੀ ਮਿਹਰਬਾਨਾ ਸਿੱਧਾ ਹੱਥ ਇੰਜ ਵਜਦਾ ਹੁੰਦਾ ਐ ਨਹੀਂ ਕਿਤੇ ਪੂਠਾ ਸਿੱਧਾ ਹੱਥ ਜਦੋਂ ਥੱਲੇ ਆਂ ਜੱਟ ਪਾ ਕੇ ਕੱਢੇਗੀ ਕਿ ਉਹ ਕਲੇ ਖਰਾਬ ਦਾਣਾ ਤੂੰ ਲੈ ਜਾਣਾ ਮੈਂ ਆਪੇ ਗੱਡੀ ਲੈਣਾ ਕੋਈ ਖਰਾਬ ਨਹੀਂ ਹੁੰਦਾ ਨਹੀਂ ਨਹੀਂ ਮੈਂ ਆਪ ਕੜ ਲਾ ਮੈਂ ਛੋੜ ਕੇ ਕੜ ਲਾ ਕਿ ਸ਼ਾਪਰ ਫੜ ਤੂੰ ਉਹ ਤੇ ਨਹੀਂ ਦਾਣੇ ਮੇਰਾ ਮਤਲਬ ਤੂੰ ਆਪ ਕਿਉਂ ਚੁੰਨਨੇ ਮੈਂ ਮਤਲਬ ਛੋਲੇ ਵੇਚਣਦੇ ਐ ਤੇ ਤੂੰ ਦਾਣੇ ਚੁਗ ਚੁਗ ਕੇ ਨਹੀਂ ਨਹੀਂ ਮੈਂ ਆਪਣੀ ਮਰਜ਼ੀ ਤੇ ਚੁੰਨ ਕੇ ਪਾਣੇ ਨੇ ਇਸ ਤਰ੍ਹਾਂ ਨਹੀਂ ਓਏ ਇੱਧਰ ਆ ਜਾ ਉਧਰ ਤੂੰ ਕਰਨਾ ਵਾ ਤੇ ਸਾਰਾ ਡਿੱਗ ਜਾਣਾ ਵਾ ਹਾਂ ਹਾਂ ਓਏ ਇੱਥੋਂ ਸਾਰੇ ਡਿੱਗ ਜਾਣੇ ਇੱਧਰ ਆ ਜਾ ਵੀ ਓਏ ਇੱਧਰ ਆ ਜਾ ਬੀਬੀ ਇੱਧਰ ਕੀ ਹੱਥ ਕਿਉਂ ਨਹੀਂ ਬਾਨ ਦੇ ਰਿਆ ਇਹਨੂੰ ਬੜੀ ਮੁਸ਼ਕਲ ਦਾ ਮੈਂ ਬੜੇ ਨੇ ਉਹਨਾਂ ਨੂੰ ਹੱਥ ਸਾੜੇ ਨਹੀਂ ਉਹਨਾਂ ਨੂੰ ਮਰਾਜ਼ੀ ਕਰਕੇ ਉੱਤੇ ਥੱਲੇ ਕਿਤੇ ਹੋਏ ਨੇ ਆ ਇਹਨਾਂ ਨੂੰ ਜੁੱਕ ਵੀ ਨਿਕਲ ਗਿਆ ਤੇ ਲੜਾਈ ਹੋ ਜਾਂਦੀ ਇਹਨਾਂ ਦੀ ਇੱਥੇ ਹੋ ਕੇ ਮੈਨੂੰ ਦੱਸਣਾ ਆਂ ਬੰਬ ਮੈਂ ਪਾਈ ਜਾਣਾ ਤੈਨੂੰ ਮੈਂ ਦੇ ਜਾਣੇ ਆਂਬ ਦਾ ਅੱਛਾ ਦਸਹਿਰੀ ਆਂਬ ਕਰ ਦੇ 2 ਕਿਲੋ ਸੇਠ ਤੇਰੀ ਆਪਣੀ ਬੀਬੀ ਦੋ ਸੈਰੀ ਵਰਗੀ ਹੈ ਪਰ ਉਹ ਸੈਰੀ ਹਾਲੀ ਨਹੀਂ ਆਇਆ ਨਾ ਹਾਲੀ ਚੌਂਸਾ ਆਇਆ ਵਾ ਨਾ ਹਾਲੀ ਦੁਸਹਿਰੀ ਆਇਆ ਵਾ ਨਾ ਤੇਸੀ ਆਇਆ ਵਾ ਇਹ ਪਹਿਲਾ ਸੀਜ਼ਨ ਦਾ ਅੰਬ ਜਿਹੜਾ ਹੁੰਦਾ ਵਾ ਉਹ ਲੰਗੜਾ ਹੀ ਹੁੰਦਾ ਵਾ ਲੰਗੜਾ ਤੇ ਰੇੜੀ ਤੇ ਪਾਇਆ ਹਾਂਜੀ ਤਾਂ ਰੇੜੀ ਤੇ ਪਾਇਆ ਇਹ ਲੈ ਲੇਗੀ ਤੇ ਨਾਲ ਦੋ ਵਸਾਖੀਆਂ ਵੀ ਲੈਵੀ ਐਂ ਕਰ ਕੇ ਅੰਬ ਚੂਪਣਾ ਵਾ ਅੱਛਾ ਇਹ ਵੀ ਦੋਨੋਂ ਮਜ਼ਦੂਰ ਨੇ ਉਹ ਨਹੀਂ ਇਹ ਸੇਬ ਆ ਇਹ 300 ਰੁਪਏ ਕਿਲੋ ਆ ਅੱਛਾ ਹਾਂਜੀ ਮੋੜ ਕੇ ਅੱਛਾ ਰਜ ਕਰ ਇਹਦੇ ਚ ਨਾ ਅੰਬ ਜਿਹੜੇ ਨੇ ਉਹ علیحدہ ਕਰਦੇ ਤੇ ਜਿਹੜੀਆਂ ਅੰਬੀਆਂ ਨੇ ਨਾ ਉਹ علیحدہ ਕਰਦੇ ਜਿਹੜੀਆਂ ਛੋਟੀਆਂ ਛੋਟੀਆਂ ਅੰਬੀਆਂ ਨੇ ਨਾ ਉਹ علیحدہ ਕਰਦੇ ਬੀਬੀ ਮੈਨੂੰ ਪਪਾ ਆ ਨਾ ਤੇਰੀ ਮਿਹਰਬਾਨੀ ਮੈਨੂੰ ਕੰਮ ਕਰ ਲਾਂਦੇ ਮੈਨੂੰ ਅੰਬੀਆਂ ਦੀਆਂ ਅੰਬੀਆਂ ਇਹ ਵੀ ਇਹ ਜਿਹੜੇ ਹਰੇ ਹਰੇ ਅੰਬ ਨੇ ਨਾ ਛੋਟੇ ਛੋਟੇ ਇਹ ਲਾਦਾ ਕਰਨੀ ਨੇ ਓਏ ਇਹ ਐ ਅੰਬਾ ਦਾ ਤੈਨੂੰ ਫਾਇਦਾ ਨਹੀਂ ਉਹ ਖਾਣਾ ਨਹੀਂ ਤੂੰ ਸੁਣਿਆ ਕਿਹੜਾ ਉਹ ਹਰੀ ਹਰੀ ਛੂਣੀ ਹਾਂ ਇਹ ਉਹ ਵਾਲਾ ਅੰਬਾ ਖਰਾ ਅੰਬ ਫਿਰ ਅੰਜ ਕਰਨਾ ਫਿਰ ਹਰੇ ਹਰੇ ਅੰਬ ਜਿਹੜੇ ਨੇ ਨਾ ਚਟਨੀ ਗੁੱਟਣ ਨਹੀਂ ਦੇ ਦੇ ਉਹ ਚਟਰੀ ਸਵਾਲਾ ਬਣੀ ਦੇ ਦੀ ਸੋਣੀ ਚਟਨੀ ਬਣਦੀ ਐ ਨਾ ਉਹ ਬਣਾ ਲਾ ਮੇਰੇ ਕੋਲ ਜੋ ਮਰਜ਼ੀ ਤੂੰ ਕਰ ਲੈ ਬੀਬੀ ਹਾਂ 300 ਰੁਪਏ ਕੀ 350 ਰੁਪਏ ਕਿਲੋ ਆ ਹਰੇ ਦਿਨ ਮੈਂ 300 ਲਾ ਦੇਗਾ ਤੂੰ ਲੈ ਜਾ ਮੇਰੇ ਕੋਲ ਚਟਨੀ ਬਣਾ ਪਾ ਮੇਰੇ ਕੋਲ 4 ਪਾ ਇਹਨਾਂ ਦਾ ਚਾਹ ਲੈ ਜੀ ਕਰ ਐ ਐ ਕਿਲੋ ਐ ਕਰਦੇ ਤੇ 2 ਕਿਲੋ ਜਿਹੜੇ ਨੇ ਨਾ ਉਹ ਪੀਲੇ ਪੀਲੇ ਆਂਬ ਹੋਰ ਹਰਾ ਆਂਬ ਕੋਈ ਨਾ ਹੋਵੇ। ਨਹੀਂ ਹੁਣ ਕਹਿਨੀ ਹੈ ਹਰਾ ਤੇ ਹੁਣ ਪੀਲੇ ਦੇ ਆ ਗਏ। ਹਰੇ علیحدہ ਕਰਨੀ ਨੇ ਤੇ ਪੀਲੇ علیحدہ ਕਰਨੀ। ਅਰੇ ਤੋਤੇ ਹੁੰਦੇ ਆ ਮੈਂ ਤੈਨੂੰ ਤੋਤੇ ਕੱਢ ਦੇ ਆ ਇੰਨਾ ਚੋਂ। ਆਂਬ ਆ ਕਿਹੜੇ ਤੋਤੇ ਕੀ ਮਤ। ਓਏ ਹਰੇ ਆਂਬ ਐ ਅੰਦਰੋਂ ਮੈਸਟਰ ਤਾਂ ਨਹੀਂ ਐ। ਭਾਈ ਮੈਂ ਖਾਣ ਪੀਣਾ ਬਾੜੇ ਕਿ ਮੈਂ ਚੂਰੀ ਪਾਉਣ ਲਈ ਨਹੀਂ ਲੈ ਜਾਣੀ। ਓਏ ਤੈਨੂੰ ਵੀ ਬੀਬੀ ਸਮਝ ਆਉਣੀ ਜਾਂ ਹੁਣ ਤੈਨੂੰ ਮੈਂ ਆ ਦੇ ਆ ਇਹਦੇ ਹਰੇ ਜਾਂ ਤੈਨੂੰ ਮੈਂ ਪੀਲੇ ਕੱਢ ਕੇ ਦੇ। 1 ਕਿਲੋ ਹਰੇ ਕਰਦੇ ਨੇ। 1 ਕਿਲੋ ਤੇ 5 ਕਿਲੋ ਜਿਹੜੇ ਨੇ ਉਹ ਦੂਸਰੇ ਪੀਲੇ ਪੀ ਸੀ ਫਿਰ ਉਹ ਲੋਟ ਨੂੰ ਉਹ ਤੇ ਸਬਜ਼ੀ ਵਾਲੀ ਦੁਕਾਨ ਤੇ ਟੁਰ ਜਾ ਉੱਥੇ ਐਡੀ ਐਡੀ ਅੰਬੀਆਂ ਆਈਆਂ ਹੋਣੀਆਂ ਨੇ ਉਹ ਛਟਣੀ ਕੁੱਟਣਾਂ ਤੇ ਲੈ ਜਾ ਉਹਨਾਂ ਦੀ ਜਗ੍ਹਾ ਤੇ ਲੈ ਤੂੰ ਰਹੀਂ ਉੱਥੇ ਫਿਰ ਇਹਦੇ ਨਾਲ ਕਿਧਰੇ ਪੱਕਾ ਹਰਾ ਐਵੇਂ ਨਾ ਹੋਂ ਹਰਾ ਵਾ ਤੇ ਵਿੱਚ ਕਿਧਰੇ ਐ ਐਵੇਂ ਨਾ ਹਾਂ ਠੀਕ ਏ ਤੇਰੀ ਗੱਲ ਉਹ ਐ ਤੇ ਸਮਝ ਆਦੀ ਏ ਮੈਨੂੰ ਆਂਬ ਉਹ ਮੁਰਗੇ ਦੇਣੇ ਨੇ ਇਸ ਤਰ੍ਹਾਂ ਦੇ ਐ ਖਾਣ ਵਾਲੇ ਅੰਬ ਪੱਕਿਆ ਅੰਬਾ ਇਹ ਖਾਣ ਵਾਲਾ ਭਾਈ ਖਾਣ ਨਹੀਂ ਲੈ ਕੇ ਜਾਣੇ ਕਦੋਂ ਆਚਾਰ ਪਾਣ ਲਈ ਸੀ ਲੈ ਕੇ ਜਾਣੇ ਇਹ ਆਚਾਰ ਪਾਉਣਾ ਇਹਨਾਂ ਦਾ ਮੈਂ ਤੈਨੂੰ ਇਹ ਕਹਿੰਦਾ ਕਿ ਤਿਆਰ ਅੰਬਾ ਹੈ ਤਿਆਰ ਅੰਬਾ ਖਾਣਾ ਹੀ ਆ ਇੰਜ ਲਾਣਾ ਵਾ ਸਾਨੂੰ ਐਂ ਤੂੰ ਕਰਨਾ ਗੁਰ ਆ ਲੱਛੇ ਵਰਗਾਂ ਮਬਾ ਮਜ਼ਾ ਆ ਜਾਏਗਾ ਤੈਨੂੰ ਹੁਣਾ ਕਿਲੋ ਕਰਦੇ ਆ ਤਿਆਰ ਕਰੋ ਕਦੋਂ ਕੱਪੜੇ ਜੁੱਤੀ ਤੇ ਪਾਏ ਨਹੀਂ ਹੁਣ ਇਹਨੇ ਕਿਹਾ ਤੇਰੀ ਮਾਸੀ ਦੇ ਵਿਆਹ ਤੇ ਜਾਣਾ ਵਾ ਜਿਹਨੇ ਇਹਨੇ ਕੱਪੜੇ ਪਈਗੇ ਤਿਆਰ ਹੈ ਉਹ ਤੇ ਤਿਆਰ ਤੋਂ ਰਾ ਦੇ ਖਾਣ ਵਾਸਤੇ ਤਿਆਰ ਹੈ ਬਿਲਕੁਲ ਹੈ ਵੇ ਪੂਰਾ ਪੀਲਾ ਹੋਇਆ ਪਿਆ ਬੀਬੀ ਮੈਂ ਹਰੇ ਹਰੇ ਅੰਬ ਲੈਦਾ ਕਰਨੇ ਨੇ ਤੇ ਇਹ ਪੀਲੇ ਪੀਲੇ ਜਿਹੜੇ ਨਾਮ ਤਾਂ ਆਪੇ ਉਗਦੇ ਦੇਖੀਆਂ ਜਿਹੜੇ ਨੇ ਉਹ ਨਹੀਂ ਵੇ ਉਹਦੇ ਚ ਨਹੀਂ ਪਾਣੇ ਤੇ ਫਿਰ ਇਹਨਾਂ ਨੂੰ ਮਲਾਣਾ ਨਾ ਮੈਂ ਤੈਨੂੰ ਬੀਬੀ ਅੱਗੇ ਅੱਗੇ ਅੰਬਾਂ ਦੇ ਹੱਥ ਨਾ ਮਾਰ ਤੂੰ ਤੂੰ ਕਹੇ ਆਪਸ ਵਿੱਚ ਮਿਲ ਕੇ ਰਹਿਣ ਦੇ ਨਾ ਫਿਰ ਤੂੰ ਕਹਿ ਰਿਹਾ ਉਹਨਾਂ ਨੂੰ ਮਲਾਣਾ ਆਪਸ ਵਿੱਚ ਇਹ ਕਿਸੇ ਵਿਛੜੇ ਨੂੰ ਮਲਾਣਾ ਨੇਕੀ ਦਾ ਕੰਮ ਹੈ ਤੈਨੂੰ ਪਤਾ ਇਹਦਾ ਵਿਛੜੇ ਨਹੀਂ ਨੇ ਉੱਥੇ ਹੀ ਨੇ ਇਧਰ ਦਾ ਮਾਲ ਉੱਧਰ ਉੱਧਰ ਤੈਨਾਂ ਨਾ ਲਾ ਆਪ ਵੀ ਆਮਦ ਨੂੰ ਹੱਥ ਨਹੀਂ ਲਾਈਦਾ ਹੁੰਦਾ ਗੱਲ ਸੁਣ ਰਿਸ਼ਤੇਦਾਰੀ ਤੋਂ ਬਗੈਰ ਕਿਸੇ ਦਾ ਕਦੀ ਗੁਜ਼ਾਰਾ ਹੁੰਦਾ ਹੈ ਉਹ ਵਿਚਾਰਾ ਇੱਕ ਮਜ਼ਦੂਰ ਜੋ ਹੈ ਲੰਗੜਾ ਜੋ ਹੈ ਤਾਂ ਤੂੰ ਕਿਉਂ ਨਹੀਂ ਉਹਨੂੰ ਮਿਲ ਕੇ ਰਹਿੰਦੇ ਰਿਹਾ ਯਾਰ ਬੀਬੀ ਤੇਰੀ ਮਿਹਰਬਾਨੀ ਤੂੰ ਹੁਣ ਐ ਤੈਨੂੰ ਮੈਂ ਕਿਲੋ ਕਰਦੇ ਆ ਠੀਕ ਆ ਕਿਲੋ ਹਰੇ ਹਰੇ ਕਿਲੋ ਕਰਨੇ ਹੋਇਆ ਹੁਣ ਠੀਕ ਆ ਹਵੇਲਾ ਠੀਕ ਆ ਨਾ ਹਰੇ ਹਰੇ ਤੂੰ ਨਹੀਂ ਚਾਹਦੀ ਤੇਰੀ ਕਿਸਮਤ ਸਰੀ ਹੋਵੇ ਮੇਰੀ ਕੋਈ ਠੀਕ ਕਿਸਮਤ ਕਰ ਦੋ ਹਰੀ ਮਾਂ ਬਰੀ ਸਰਕਾਰ ਬਰੀ ਐ ਬੜਾ ਹਰੇ ਸੋਈ ਤੇਰੀ ਆਵਾਜ਼ ਆ ਮਿਹਰਬਾਨੀ ਸੋਹਣੀ ਤੇਰੀ ਆਵਾਜ਼ ਸ਼ਾਲਾ ਬੰਦੋ ਜੀ ਮੇਰੇ ਤੇ ਕਿ ਆਏ ਪਦਮਾਵਾ ਦੇਣਾ ਆਈਆਂ ਇੱਥੇ ਗੱਲਾਂ ਕਰਨ ਆਈਆਂ ਚੱਲ ਇਹਨਾਂ ਪੰਜ ਕਿਲੋ ਆਮ ਲੈ ਜਿਹੜੇ ਨੇ ਆ 1.5 ਕਿਲੋ ਹੋਇਆ ਚੱਲ ਠੀਕੋ ਕਰ ਦੋ ਸੋ ਹਾਂ ਕਰ ਦੇ 1.5 ਕਿਲੋ ਕਰ ਦੇ ਹਾਂ ਆ ਇਹ ਦੇਖੋ ਨਾ ਨਰ ਨਹੀਂ ਲੈਣਾ ਤੂੰ ਪੁੱਤਰ ਨਹੀਂ ਲੈਣਾ ਤੂੰ ਤੇ ਇੱਧਰ ਕਿਸੇ ਦਾਣੇ ਨੂੰ ਤੂੰ ਹੱਥ ਲਾਣਾ ਵਾ ਤੇ ਹਾਰ दाना ਥੱਲੇ ਜਾ ਪੈਣਾ ਤੇਰੀ ਮਿਹਰਬਾਨੀ ਤੂੰ ਇੱਥੇ ਕਿਉਂ ਨਹੀਂ ਜਾਣਾ ਉੱਧਰ ਸ਼ਰੀਗਾ ਤੇਰਾ ਬੀਬੀ ਤੂੰ ਹੱਥ ਝੋਟਾ ਤੇਰਾ ਪਤਾ ਹੀ ਨਹੀਂ ਲੱਗਦਾ ਕਦੀ ਅੰਬ ਥੱਲੇੋਂ ਕੱਢਣੀ ਕਦੀ ਅੰਬ ਤੋਂ ਫੜਨੀ ਕਰੀ ਆ ਉਧਰੋਂ ਕਰ ਉਹ ਸਾਰੀ ਢੇਰੀ ਥੱਲੇ ਟੁਰ ਜਾਨੀ ਢੇਰ ਕਰਨ ਆਈਆਂ ਤੂੰ ਥੱਲੇ ਟੁਰ ਜਾਨੀ ਕੀ ਮਤਲਬ ਰੇੜੇ ਜਾਨੀ ਰੇਤ ਲਾਏ ਨੇ ਤੂੰ ਗੰਡੋ ਤੂੰ 1 ਕਿਲੋ ਅੰਬ ਲੈਣੇ ਨੇ ਤੇ ਮੇਰੇ ਸਾਰੀ ਦਿਹਾੜੀ ਮੇਰੀ ਜ਼ਾਇਆ ਰਣੀ ਕਿੰਨਾ ਅੰਬ ਲੈਣੇ ਨੇ ਇਹ 5 ਕਿਲੋ ਆਉਣੀ ਇਹ 5 ਇਹ ਅੰਬ ਲੈਣੇ ਨੇ ਤੂੰ ਮੈਨੂੰ 5 ਲਾ ਮੇਰੇ ਤੋਂ 10 ਲੈ ਮੈਨੂੰ ਗਾਦੀ ਟੈਨਸ਼ਨ ਆ ਪਰ ਐਵੇਂ ਆਉਂਦੇ ਆ ਸੀ ਜੀ ਦਾੜੇ ਉਹਨੇ ਆ ਡੇਢ ਕਿਲੋ ਆਇਆ ਹਾਂ ਤੇ 5 ਕਿਲੋ ਆਇਆ ਕਰਨੇ ਨੇ 350 450 ਦੇ ਆ ਬਣਾ ਕਰਨੇ ਨੇ ਹਾਂ 5 ਕਿਲੋ 5 ਉਹ ਮੈਨੂੰ ਪਤਾ 5 ਹਾਂ 5 ਕਿਲੋ ਕਰਨੇ ਨੇ ਪਤਾ ਨਹੀਂ ਕਿੱਥੋਂ ਆ ਗਈ ਤੈਨੂੰ ਐ ਹੀ ਨਹੀਂ ਪਤਾ 5 ਕਿਲੋ ਕਿੱਥੋਂ ਆ ਗਈ ਤੂੰ ਮੇਰੇ ਨਾਲ ਰਿਸ਼ਤਦਾਰੀ ਗੰਣੜੀ ਕਿੱਥੋਂ ਆ ਗਈ ਮੈਂ ਤਾਂ ਮਰਜੀ ਆਵਾਂ ਤੈਨੂੰ ਕਹਦਾ ਕੋਪਾ ਤੈਨੂੰ ਬੇਲਾ ਰਿਹਾ ਤਰਾ ਮੈਂ ਪਾਗਲਾ ਮੈਂ ਤੇਨਾਂ ਰਿਸ਼ਤਦਾਰੀ ਗੰਡਾ ਤੇਰੇ ਜੀ ਦੀ ਨਾਨੀ ਨਾਲ ਆ ਚਾ ਜੀ ਫੋਨ ਕੀ ਲਾਣਾ ਜੀ ਅਜੇ ਆਮ ਥੱਲੇ ਡਿੱਗ ਗਈ ਉਹ ਚੋਕ ਵਿੱਚ ਉਹ ਆਮ ਪੋਈ ਨਹੀਂ ਥੱਲੇ ਮੈਨੂੰ ਮਤਾ ਤੁਸੀਂ ਤਾਂ ਲੀ ਇੰਜ ਕਰਦੇ ਤੋਲਤ ਲਈਏ ਜੇ ਤੁਸੀਂ ਤਾਂ ਦੇ ਦਾਰ ਪਤਾ ਆ ਵੇ ਡੇਢ ਕਿਲੋ ਪੂਰਾ ਹੀ ਆ ਵੇ ਆ ਵਾਦੀ ਹੈ ਭਲ ਗਿਆ ਵੇ ਉਹ ਥੱਲੇ ਆਮ ਨਹੀਂ ਡਿੱਗਿਆ ਕੇਲਾ ਪਿਆ ਵਾ ਤੈਨੂੰ ਆਮ ਤੇ ਕੇਲੇ ਦਾ ਹੀ ਨਹੀਂ ਫਰਕ ਦਾ ਪਤਾ ਲੱਗਦਾ ਓਏ ਆ ਗਲੇ ਕੇਲੇ ਨੇ ਨਾ ਪਾਈ ਵੇਚੋ ਦੇ ਉਹ ਮੈਂ ਤੂੰ ਕੇਲੇ ਲੈਣਾ ਹੀ ਨਹੀਂ ਤੇ ਮੈਂ ਤੈਨੂੰ ਕੇਲੇ ਪਾਗਲ ਮੈਂ ਤੇ ਆ ਤੂੰ ਚੱਲ ਛੋਮ ਗੱਲਾਂ ਕਰੀ ਜਾਏਂਗਾ ਚੱਲਾ ਤੋਲ ਫੜ ਫੋਨ ਕਿੰਨੇ ਲੈਣੇ ਆ ਇਹ ਫੜ ਆ 5 ਕਿਲੋ ਕਰਨੇ ਨਹੀਂ ਪੈਸੇ ਵੀ ਆਣੇ ਕੇ ਬਾਅਦ ਜੋ ਹੈ ਨਾ ਕਿ ਮੈਂ ਭੋਲਾ ਹੀ ਆਂ ਘਰ ਤੇ ਨਹੀਂ ਬੀਬੀ ਆਵਾਜ਼ ਜੋ ਵਖਤ ਪਾ ਦੇਨੀ ਆ ਨੇ ਪੈਸੇ ਤੂੰ ਖੋੜੇ ਨੇ ਮੇਰੇ ਕੋਲੋਂ ਭੈ ਗੋਣੇ ਨਹੀਂ ਲੈਣੇ ਨਹੀਂ ਨੇ ਜਿਹੜੇ ਅੱਜ ਤੇ ਹੱਲੇ ਮੈਂ ਤੇਰੇ ਕੋਲ ਲਈ ਨਹੀਂ ਪੈਸੇ ਕਾਤੇ ਲੈਣੇ ਤੂੰ ਮੈਂ ਤੈਨੂੰ ਤੇ ਇਤਿਆਤਨ ਕੇ ਅੰਜ ਦੀ ਅਕਸਰ ਦਨਾਨੀ ਤੈਨੂੰ ਇਤਿਆਤ ਮੈਨੂੰ ਤੂੰ ਨਾ ਦੱਸ ਅੱਬੂ ਹੈ ਤੂੰ ਮੇਰਾ ਅੱਬੂ ਹੈ ਤੂੰ ਮੇਰਾ ਅੰਜ ਦੀ ਮੇਰੀ ਕੁੜੀ ਹੋਦੀ ਮੈਂ ਗਲਾ ਘੋਟ ਕੇ ਮਾਰਦਾ ਜੀ ਨੀ ਨਹੀਂ ਬੈਸ ਗਰਦੀ ਦੁਕਾਨਦਾਰ ਓ ਥੱਲੇ ਮੈਂ ਤੈਨੂੰ ਕਹਿੰਦੇ ਥੱਲੇ ਹੱਥ ਨਾ ਮਾਰ ਫਿਰ ਤੂੰ ਹੱਥ ਮਾਰੀ ਜਾਨੀ ਹੱਲੇ ਨੂੰ ਅੰਬ ਫੜ ਐਡਾ ਤੂੰ ਮੈਂ ਬਾਕੀ ਤੂੰ ਮੇਰੇ ਅੰਬ ਹੱਥ ਆ ਕੇ ਫੇਰ ਆ ਜਾ। ਅੱਥੇ ਦੋ ਜਾ ਤੂੰ ਮੇਰੇ ਅੰਬ ਹੱਥ ਨਹੀਂ ਲਾਉਣਾ। ਚੱਲ ਜਾ ਮੈਂ ਤੈਨੂੰ ਦੱਸ ਨਹੀਂ ਆ। ਮੈਂ ਸਾਰੇ ਪੀ ਆ ਮੈਂ ਤੇ ਜੈਲੀ ਆ। ਚੱਲ ਅੱਛਾ ਕਰਦੇ ਆ। ਚੱਲ ਅੱਛਾ ਜਾ ਕੱਢ ਕੇ ਲੈ ਆ ਉਧਰ ਜਾ। ਕੱਢ ਕੇ ਲੈ ਆ ਕਿਹੜਾ ਚਾਹੀਦਾ ਵਾ? ਅੰਬ ਤੂੰ ਮੈਨੂੰ ਦੱਸਣਾ ਅੰਬ ਮੈਂ ਤੈਨੂੰ ਆਪ ਫੜਾਉਣਾ। ਪੀਲੇ ਪੀਲੇ ਅੰਬ ਕੱਢਨੇ ਨੇ ਪੀਲੇ ਪੀਲੇ। ਹਰੇ ਅੰਬ ਨਹੀਂ ਕੱਢਣਾ ਕੋਈ। ਇਹ ਪੀਲਾ ਹੀ ਆ। ਇਹ ਪੀਲਾ ਵਾ। ਹੋਰ ਆਵੇ। ਆ ਪੀਲਾ ਵਾ। ਉਧਰ ਪਰਲੇ ਪਾਸੇ ਥੱਲੇੜੇ ਪਾਸੇ ਹੀ ਗਰੀ ਉਧਰ ਉਧਰੋਂ ਕੱਢ ਲਿਆ। ਤੂੰ ਅੰ ਪਰ ਆਨੰਦਾਰ ਕੋਣ ਮੈਂ ਤੂੰ ਤਕੇ ਨਾਲ ਚਲ ਅਦਰ ਖਲੋ ਅਦਰ ਐ ਅੰਬ ਕੱਢ ਕੇ ਦੇ ਮੈਂ ਅੰਬ ਕੱਢ ਦੇ ਨਾ ਆਪਣਾ ਆਪ ਨਹੀਂ ਤੂੰ ਹੱਥ ਲਾਉਣਾ ਮੈਂ ਤੈਨੂੰ ਕਹਿਣ ਸਾਰੀ ਢੇਰੀ ਨਾਲ ਮੇਰੇ ਹੱਥ ਪੁਲੀਸ ਨੇ ਮੈਂ ਕਿਉਂ ਨਹੀਂ ਲਾਣਾ ਕੀ ਗੱਲ ਤੈਨੂੰ ਕੀ ਪਤਾ ਪੁਲੀਸ ਆਈ ਨਹੀਂ ਅਦਰ ਆ ਜਾ ਦੁਪਾਰਾ ਕੋਣ ਨੂੰ ਹੱਥ ਨਾ ਲਾਵੀ ਪਰਿਓ ਮੈਂ ਆਪ ਕੋਣ ਜਿਹਨੇ ਅੰਬ ਨੂੰ ਤੂੰ ਹੱਥ ਲਾ ਨਹੀਂ ਹੋ ਜਾਂਦਾ ਤੂੰ ਨਾਲ ਹੱਥ ਲਾ ਕੇਂ ਹੋ ਜਾਂਦਾ ਉਹ ਫਰੈਸ਼ ਆਂਬਾ ਅੰਬ ਐਂ ਲਾਉ ਜਾਂਦਾ ਤੂੰ ਰੰਗ ਅਦਰ ਆ ਦੇਖੀ ਲਓ ਮੇਰੀ ਦਹਿਸ਼ਤ ਤੇਰੀ ਦਹਿਸ਼ਤ ਓਏ ਅਦਰ ਫੇਰ ਉਹੀ ਗੱਲ ਕਰੀ ਐ ਇਹਦੇ ਵਿੱਚ ਆ ਕੱਢ ਕੇ ਆਵਾ ਆ ਵੀ ਘਟ ਕੇ ਓਏ ਇਹਦੇ ਨਾਲ ਸਾਰੇ ਡੱਕ ਜਾਣੇ ਪਾਗਲ ਤੂੰ ਕਿਉਂ ਥਾਰੇ ਡੱਕ ਪੈਣੇ ਨੇ ਕੀ ਲਾਤੇ ਉਹਨਾਂ ਦੀ ਉੱਥੇ ਚੱਲ ਉੱਥੇ ਚੱਲ ਬੀਬੀ ਉੱਥੇ ਚੱਲ ਬੀਬੀ ਉੱਥੇ ਚੱਲ ਅੱਛਾ ਚੱਲ ਨਾ ਅੰਬ ਕਰ ਆਂ ਅੰਬ ਦੇ ਉਹਨਾਂ ਨਾਲ ਅਦਰ ਸਾਰਾ ਨਾਲ ਥੱਲੇ ਆਂਬ ਐਨੇ ਨਿਕਲਦਾ ਆ ਕਾਣੇ ਨਹੀਂ ਦੇਣੀ ਇਹ ਕਾਣੇ ਨਹੀਂ ਦੇਣਾ ਤੂੰ ਇੱਥੇ ਆ ਜਾ ਨਾ ਤੂੰ ਨਾ ਨਾ ਲੈ ਤੂੰ ਅੱਖਾਂ ਲੈ ਲੈਵੀਂ ਇੱਥੇ ਆ ਜਾ ਅੱਖਾਂ ਲੈ ਮੈਂ ਭੇਜਣੀ ਟੈਸਟ ਫੇਰ ਉਹੀ ਗੱਲ ਥੱਲੇ ਥੱਲਿਓ ਪਤਾ ਨਹੀਂ ਤੈਨੂੰ ਕੀ ਤਕਲੀਫ ਆ ਉੱਤੋਂ ਕਿਉਂ ਨਾ ਬੜਦੀ ਤੂੰ ਇਹ ਜਦੋਂ ਅੰਬ ਦਿਖਦੇ ਨੇ ਦਰਖਤ ਤੋਂ ਤੁਸੀਂ ਥੱਲੇ ਹੀ ਚੋਕੇ ਲਿਆਉਂਦੇ ਨਾ ਓਏ ਨਹੀਂ ਉਹ ਤੋਂ ਅੰਬ ਲਾਉਂਦੇ ਨੇ ਉਹ ਟਪਕੇ ਦਾ ਅੰਬ ਹੁੰਦਾ ਜਿਹੜਾ ਡਿੱਗਦਾ ਵਾ ਉਹ ਚੁੱਕੋ ਟਪਕੇ ਦਾ ਅੰਬ ਹੁੰਦਾ ਅੰਬ ਲਾਣਾ ਪੈਂਦਾ ਜਿਹੜਾ ਸਹੀ ਪੱਕਿਆ ਅੰਬ ਹੋਵੇ ਅੱਛਾ ਆਓ ਐਵੇਂ ਹੀ ਪੂਣੇ ਵੇਚ ਰੱਖੀ ਜਾਨਾ ਤੋਲ ਇਹਨਾਂ ਨੇ ਬੜ ਲੱਗਦਾ ਤੇਰੀ ਦੁਕਾਨ ਤੇ ਕਦੀ ਕੋ ਗਾਹਕ ਨਹੀਂ ਚੰਗਾ ਚੱਕਾ ਅੰਬ ਹੁਣ ਹੋਣ ਹੋਰ ਕਰ ਨਾ 5 ਕਿਲੋ ਹੋ ਗਏ 5 ਕਿਲੋ ਹਾਂ ਹਾਂ ਪਰ ਉਹ ਹੋ ਗਏ ਕਰ ਗੀਲ ਤੇ ਸਹੀ ਮੇਰੇ ਕੋਲ ਕੀ ਪਤਾ ਮੇਰਾ ਕੀ ਪਤਾ ਤੇਰੀ ਤਾਂ ਸ਼ਗਲ ਤੇ ਚੋਰ ਲਿਖਿਆ ਚਲ ਅੱਛਾ ਜੀ ਹਾਂ ਹੋ ਗਿਆ ਤੋਲ ਮੈਂ ਤੋਲ ਦਿੱਤੇ ਆ ਆ ਵਾਧਦੀ ਆ 5 ਕਿਲੋ ਨਹੀਂ ਮਰੇ ਹੋ ਵੇਖ ਵਟਾ ਚੇਨ ਕਰ ਹੋਵੇ ਤੂੰ ਪਾਗਲ ਹੈ ਤੈਨੂੰ ਆ ਤੈਨੂੰ ਨਗਰ ਮੈਂ ਕਿ ਤੂੰ ਪਾਗਲ ਨਹੀਂ ਆ ਵੇ ਓਏ ਆ ਵੇ ਆਪ ਸਾਡੇ 4 ਕਿਲੋ ਤੋਂ ਵੱਧ ਆ ਕਿਹੜਾ ਆ 5 ਕਿਲੋ ਤਾਂ ਰੇਰ ਨਹੀਂ ਨਾ ਹੋਏ ਤੇਰੇ ਕੋਲੋਂ 5 ਕਿਲੋ ਆ ਨਹੀਂ ਪਤਾ ਸੀ ਤੂੰ ਤਾਂ ਨਹੀਂ ਕਰਨੀ ਸੀ ਨਾ ਤੂੰ ਇਹ ਕੋਸ਼ਿਸ਼ ਕਰਨਾ ਸੀ ਤੂੰ ਮੈਨੂੰ 1.5 ਕਿਲੋ ਪਹਿਲੇ ਕਿਹਾ ਠੀਕ ਹੈ ਮੈਂ ਤੋਲ ਤੂੰ 5 ਕਿਲੋ ਦੇ ਜਿਆਦਾ ਤੇ ਤੂੰ 4 ਕਿਲੋ ਕਰ ਰਿਹਾ ਕਰ ਕਿਉਂ ਰੇਕੀ ਮੈਂ ਤੇਨਾਂ ਤਾਂ ਨਹੀਂ ਕੀ ਕਰਨੀ ਮੈਂ ਤੇ ਅੰਬਾ ਦੇ ਫਾਰਮ 47 ਲੈ ਦਿੱਤਾ ਕਿ 45 ਲੈ ਦਿੱਤਾ ਜਿਹੜਾ ਮੈਂ ਤਰਨਾ ਤਾਂ ਦਿੱਤੀ ਤਾਦਰੀ ਕੀਤੀ ਹੈ ਤੂੰ ਤਨ ਮੈਂ 5 ਕਿਲੋ ਅੰਬ ਗਿਆ ਤੂੰ 4.5 ਕਿਲੋ ਅੰਬ ਕੀਤੇ ਨੇ ਤੂੰ ਉਹ 4.5 ਕਿਲੋ ਵੇ 4.5 ਕਿਲੋ ਤੇ 1.5 ਕਿਲੋ ਕਿੰਨਾ ਹੁੰਦਾ ਵਾ ਕਿੰਨਾ ਹੁੰਦਾ ਤੂੰ ਹਾਬਲਾ 1 ਕਿਲੋ 2 ਕਿਲੋ ਆ ਗਿਆ ਸੀ ਤੇ 5 ਕਿਲੋ ਕਿਆ ਕਿੰਨਾ ਹੁੰਦਾ ਉਹ ਤੂੰ ਚਾਹ ਲੈਣੀ ਨਹੀਂ ਜਾਂ ਨਹੀਂ ਲੈਣੀ ਅ ਮੈਂ ਨਹੀਂ ਆਈਆਂ ਹੋਰ ਕੀ ਹੈ ਕੀ ਮਤਲਬ ਹੈ ਖਰਾਬ ਨੇ ਨਾਲ ਚਲਾ ਜਾ ਮੈਂ ਆ ਆ ਆਂਬਾ ਵੇ ਆਸੇ ਇਹਨਾਂ ਪੀਲੇ ਪੀਲੇ ਤੇਰੇ ਪੂਰੇ 5 ਕਿਲੋ ਆਂਬਾ ਹਾਂ ਤੇ ਹਾਲ ਵੀ ਤੈਨੂੰ ਨੀ ਰਾਜ਼ੀ ਨਹੀਂ ਹੋਈ ਚੱਲ ਠੀਕ ਹੈ ਦੇ ਦੇ ਮੈਨੂੰ ਹਾਂ ਆ ਆਓ ਪੀ ਹੋ ਗਿਆ ਹੋ ਗਿਆ ਤੈਨੂੰ 707 ਤੇ 89900 ਰੁਪਈਆ ਦੇ ਦੇ ਤਾਰਿਆਂ ਦਾ ਕਾਦਾ ਆਂਬਾ ਦਾ ਹੋਰ ਕਾਦਾ 9900 ਰੁਪਈਆ ਆਹੋ ਬੱਸ ਬੱਸ ਕੀ ਹੁੰਦਾ ਚੱਲ ਇਹ ਕੰਮ ਦੇ ਦੇ ਜਿਹੜਾ ਮੈਂ ਨਾ ਚੈੱਕ ਕਰਾ ਲਿਆ ਮਾਂ ਕਰੋ ਹੈ ਕਰੋ ਚੈੱਕ ਕਰਾ ਲਿਆ ਮਾਂ ਇਹ ਜਿਹੜੇ ਨੇ ਨਾ ਅਲਾਦਾ ਸ਼ਾਪਰ ਚ ਪਾ ਕੇ ਉੱਤੇ ਲੈਦਾ ਰੱਖਨੇ ਨੇ ਮੈਂ ਹੁਣੇ ਘਰੋਂ ਚੈੱਕ ਕਰਾ ਕੇ ਆਈ ਤੇ ਬਾਕੇ ਬਾ ਆ ਕੇ ਤੇਰੇ ਕੋਲ ਲੈ ਆਂਦਾ ਯਾਨੀ ਕਿ ਚੈੱਕ ਕਰਾ ਰਹਾ ਮੈਂ ਤਾਂ ਫੇਰ ਕਿ ਲਗੜਾ ਹੈ ਵੇ ਕਿ ਨਹੀਂ ਹਾਂ ਮੈਂ ਤੇਰੀ ਲੱਤ ਲੁੱਤ ਪਾ ਦੇਣੀ ਹੈ ਤੇ ਲੰਗੜੀ ਹੋ ਕੇ ਫੇਰੇਂਗੀ ਤੂੰ ਫਿਰ ਕਹੇਂਗੀ ਲਗੜਾ ਲੰਗੜਾ